ਯੂਕੇ ਵਿੱਚ 13 ਵਰਿਆਂ ਦੀ ਸਕੂਲ ਵਿੱਚ ਪੜ੍ਹਦੀ ਲੜਕੀ ਨੂੰ ਜਿੰਸੀ ਸ਼ੋਸ਼ਣ ਅਤੇ ਅਗਵਾ ਤੋਂ ਸਿੱਖ ਟੈਕਸੀ ਡਰਾਈਵਰ ਨੇ ਬਚਾ ਲਿਆ, ਜਿਸ ਕਰਕੇ ਲੋਕਾਂ ਵਿੱਚ ਉਸ ਦੀ ਇੱਕ ਨਾਇਕ ਵਜੋਂ ਵਾਹ-ਵਾਹੀ ਹੋ ਰਹੀ ਹੈ। ਇਹ ਘਟਨਾ ਇਸੇ ਸਾਲ 20 ਫਰਵਰੀ ਦੀ ਹੈ, ਜਦੋਂ ਸਤਬੀਰ ਅਰੋੜਾ ਨੇ ਸਕੂਲੀ ਵਰਦੀ ਪਹਿਨੀ ਲੜਕੀ ਨੂੰ ਉਸਦੇ ਘਰੋਂ ਆਕਸਫੋਰਡ ਸ਼ਹਿਰ ਤੋਂ ਗਲੌਸਟਰ ਟ੍ਰੇਨ ਸਟੇਸ਼ਨ ਤੇ ਪਹੁੰਚਾਇਆ। ਮੈਟਰੋਕੋ ਯੂਕੇ ਦੀ ਰਿਪੋਰਟ ਮੁਤਾਬਕ ਇਹ ਲੜਕੀ 20 ਵਰਿਆਂ ਦੇ ਸੈਮ ਦੀ ਉਡੀਕ ਕਰ ਰਹੀ ਸੀ, ਜਿਸ ਨੇ ਲੜਕੀ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਹੋਈ ਸੀ। ਉਸਨੇ ਆਨਲਾਈਨ ਸਾਈਟਾਂ ਤੇ ਪੀੜਤਾਂ ਨੂੰ ਅਗਵਾ ਕਰਨ, ਨਸ਼ੀਲੀਆਂ ਦਵਾਈਆਂ ਦੇਣ ਅਤੇ ਬਲਾਤਕਾਰ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਹੋਈ ਸੀ। ਲੜਕੀ ਨੂੰ ਟੈਕਸੀ ਡਰਾਈਵਰ ਨਾਲ ਵੇਖ ਕੇ ਉਹ ਕਥਿਤ ਅਗਵਾ ਕਰ ਉਸ ਦੇ ਨੇੜੇ ਨਹੀਂ ਪਹੁੰਚਿਆ। ਜਦੋਂ ਸਟੇਸ਼ਨ ਤੇ ਲੜਕੀ ਨੂੰ ਮਿਲਣ ਕੋਈ ਨਹੀਂ ਆਇਆ ਤਾਂ ਟੈਕਸੀ ਡਰਾਈਵਰ ਨੇ ਫਿਕਰ ਜਤਾਉਂਦਿਆਂ ਉਸ ਤੋਂ ਜਾਣਕਾਰੀ ਮੰਗੀ। ਜਦੋਂ ਉਸ ਦੀ ਕੋਈ ਵਾਹ ਨਾ ਚੱਲੀ ਤਾਂ ਸਤਬੀਰ ਨੇ ਆਪਣੀ ਪਤਨੀ ਦੇ ਨਾਲ ਲੜਕੀ ਦੀ ਫੋਨ ਤੇ ਗੱਲ ਕਰਵਾਈ। ਇਸ ਮਗਰੋਂ ਪੁਲਿਸ ਨੂੰ ਸੱਦਿਆ ਗਿਆ। ਸਤਬੀਰ ਨੂੰ ਲੜਕੀ ਨੂੰ ਬਚਾਉਣ ਦੇ ਲਈ ਸਨਮਾਨਿਤ ਕੀਤਾ ਗਿਆ। ਚਿਰਵਲ ਡਿਸਟ੍ਰਿਕਟ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਸਤਬੀਰ ਅਰੋੜਾ ਨੂੰ ਕੌਂਸਲਰ ਕ੍ਰੀਵ ਮੈਲੋਨ ਦੇ ਵੱਲੋਂ ਲੜਕੀ ਦੀ ਇੱਜ਼ਤ ਦੀ ਰਾਖੀ ਲਈ ਸਰਟੀਫਿਕੇਟ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਤਬੀਰ ਅਰੋੜਾ ਵੱਲੋਂ ਦਿਖਾਈ ਗਈ ਸਿਆਣਪ ਦੀ ਸ਼ਲਾਘਾ ਕਰਨ ਲਈ ਉਹਨਾਂ ਕੋਲ ਸ਼ਬਦ ਨਹੀਂ ਹਨ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।